ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿਨ ਬ ਦਿਨ ਮਾਵਾਂ ਦੇ ਲਾਡਲਿਆਂ ਦੀਆਂ ਲਾਸ਼ਾਂ ਲਵਾਰਿਸ ਹਾਲਾਤਾਂ ਦੇ ਵਿੱਚ ਸੜਕਾਂ ਤੇ ਪਈਆਂ ਮਿਲ ਰਹੀਆਂ ਨੇ ਤੇ ਚਿੱਟੇ ਦਾ ਨਸ਼ਾ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ। ਬੇਲਗਾਮ ਨਸ਼ੇ ਤੇ ਕੋਈ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਹੁਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਜ 15 ਸਾਲਾ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ। ਨਸ਼ੇ ਦੀ ਓਵਰਡੋਜ਼ ਦੇ ਨਾਲ ਮਹਿਜ 15 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਅਰਸ਼ਦੀਪ ਸਿੰਘ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ। ਬੀਤੇ ਕੱਲ੍ਹ ਉਹ ਘਰੋਂ ਕਿਸੇ ਘਰੇਲੂ ਕੰਮ ਦੇ ਲਈ ਬਾਹਰ ਗਿਆ ਸੀ ਅਤੇ ਉਸਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਨਸ਼ਾ ਖਰੀਦ ਕੇ ਟੀਕਾ ਲਗਾ ਲਿਆ ਅਤੇ ਉਸਦੀ ਹਾਲਤ ਖਰਾਬ ਹੋ ਗਈ। ਉਸਦੇ ਦੋਸਤ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ। ਅਰਸ਼ਪ੍ਰੀਤ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਤਾਂ ਉੱਥੇ ਉਸਦੀ ਹਾਲਾਤ ਵਿਗੜਨ ਦੇ ਕਾਰਨ ਉਸਨੂੰ ਅੰਮ੍ਰਿਤਸਰ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਲਾਕੇ ਦੇ ਵਿੱਚ ਨਸ਼ੇ ਦੀ ਸ਼ਰੇਆਮ ਵਿਕਰੀ ਦੇ ਇਲਜ਼ਾਮ ਲਗਾਏ ਨੇ, ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਤੇ ਵੀ ਕਈ ਸਵਾਲ ਖੜੇ ਕੀਤੇ ਨੇ। ਖਾਧੀ ਖੁਦੀ ਆ ਮਹਾਰਾਜ ਕਿਤੇ ਨੌਜਵਾਨਾਂ ਦੇ ਗਲੋਂ ਕਿਤੇ ਨਸ਼ਾ ਲੱਥੇ ਤੇ ਨੌਜਵਾਨ ਦੇ ਕਿਤੇ ਮਾਪੇ ਵੀ ਸੌਖੇ ਵਸਣ ਅਤੇ ਭੋਰਾ ਭੋਰਾ ਜਿੰਨੇ ਆ ਜਿਹੜੇ ਮਾਸਾ ਨਸ਼ਿਆਂ ਦੀ ਭੇਟ ਚੜ੍ਹਦੇ ਜਾਂਦੇ ਆ, ਨਾ ਕੋਈ ਉਹਨਾਂ ਦਾ ਨਾਂ ਲੈਂਦਾ, ਨਾ ਉਹਨਾਂ ਨੂੰ ਕੋਈ ਯਾਦ ਕਰਦਾ। ਲੈਣਗੇ ਉਦੋਂ ਜਦੋਂ ਨਚਰ ਨਚਰ ਮਾਪੇ ਜੀਂਦੇ ਆ, ਅਤੇ ਵੀਰਾ ਇਹਨਾਂ ਦਾ ਤਾਂ ਦੀਵਾ ਬੁਝ ਗਿਆ, ਹੁਣ ਇਹ ਦੀਵਾ ਗੁੱਲ ਹੋ ਗਿਆ। ਇਕੱਲਾ ਇਕੱਲਾ ਪੁੱਤ ਸੀ ਅਤੇ ਮਾਂ ਵੀ ਵਿਚਾਰੀ ਉਹੋ ਜਿਹੀ ਆ ਸਰੀਰ ਦੀ, ਅਤੇ 15 ਸਾਲ ਜੀ 16ਵੇਂ 'ਚ ਹੋਇਆ ਅੱਜ ਟੀਕਾ ਲਾਉਣ ਦੇ ਨਾਲ। ਕਿੰਨੀ ਦੇਰ ਹੋ ਗਿਆ ਜਿਹੜਾ ਇਹ ਨਸ਼ਾ ਕਰਦਾ? ਉਹਨੇ ਕਾਫੀ 3-4 ਮਹੀਨੇ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ। ਹੁਣ ਕਿੱਥੇ ਫਿਰ ਕਿਵੇਂ ਹੋਈ ਜਾਂ? ਇਹ ਧਾਰੜੀ ਸੀ ਕੱਲ੍ਹ ਕਿਸੇ ਮੁੰਡੇ ਦੇ ਨਾਲ, ਉੱਥੋਂ ਫਿਰ ਫੋਨ ਕਿਹਾ ਸਾਨੂੰ ਉਹ ਮੁੰਡੇ ਜਿਹੜਾ ਨਾਲ ਸੀ, ਉਹਨੇ ਫੋਨ ਕੀਤਾ ਕਿ ਡਿੱਗਾ ਪਿਆ ਵਾ। ਅਸੀਂ ਫਿਰ ਲੈ ਕੇ ਗਏ ਉੱਥੇ ਮੈਡੀਕਲ ਸਟੋਰ 'ਤੇ, 1.5-2 ਘੰਟਾ ਮਤਲਬ ਟ੍ਰੀਟਮੈਂਟ ਚੱਲਦੀ ਰਹੀ। ਚਲੋ BP ਮੁੜ ਆਇਆ ਠੀਕ, ਤੁਹਾਨੂੰ ਆਸ ਹੋ ਗਈ। ਉਸ ਤੋਂ ਬਾਅਦ ਨੱਕ 'ਚ ਖੂਨ ਆ ਗਿਆ ਜਦੋਂ, ਤਾਂ ਉਸ ਤੋਂ ਬਾਅਦ ਇਹ ਹੋਸਪਿਟਲ ਲੈ ਗਏ। ਉੱਥੋਂ ਜੰਡਿਆਲੇ 1-2 ਹੋਸਪਿਟਲ ਤੋਂ ਜਵਾਬ ਹੋ ਗਿਆ, ਫਿਰ ਉਹ ਗੋਟੀਆਂ ਲੈ ਕੇ ਉੱਥੇ ਜਾ ਕੇ ਡੈਥ ਹੋ ਗਈ। ਮੈਂ ਕਹਿਣਾ ਚਾਹੁੰਦੀ ਹਾਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਡਾ ਬੱਚਾ 15 ਸਾਲਾਂ ਦਾ ਸੀਗਾ ਜੀ, ਸਾਡਾ ਤਾਂ ਦੀਵਾ ਬੁੱਝ ਗਿਆ ਸੀ, ਉਹਦੇ ਆਸਰੇ ਜੀਣ ਡਏ। 8-9 ਮਹੀਨੇ ਹੋਏ ਆ। ਹੁਣ ਕਿੱਦਾਂ, ਕਿੱਥੇ ਗਿਆ ਸੀ ਘਰੋਂ? ਘਰੋਂ ਤਾਂ ਦਿਹਾੜੀ ਵਾਲੇ ਬੰਦਾ ਵੱਲ ਗਿਆ ਸੀ, ਘਰ ਵਰਤਿਆ ਹੀ ਨਹੀਂ ਗਾ। ਹਾਂਜੀ, ਇੰਜੈਕਸ਼ਨ ਲਗਾਇਆ, ਜਾਂਦੇ ਜਾਂਦੇ ਨੂੰ ਮੋਟਰਸਾਈਕਲ 'ਤੇ ਕੋਈ ਮੁੰਡਾ ਫੜਾ ਕੇ ਗਾਂ ਗਿਆ, ਉੱਥੇ ਹੀ ਖਲੋ ਕੇ ਲਾਉਣ ਡੈ ਪਿਆ। ਜਿਹੜਾ ਮੁੰਡਾ ਨਾਲ ਹੀ ਉਹਨੇ ਦੱਸਿਆ ਸਾਨੂੰ ਸਾਰਾ ਕੁਛ। ਮਹਿਜ 15 ਸਾਲ ਦੇ ਬੱਚੇ ਦੀ ਨਸ਼ੇ ਦੇ ਨਾਲ ਮੌਤ ਹੋਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਕਈ ਵੱਡੇ ਸਵਾਲ ਖੜੇ ਕਰਦਾ ਹੈ। ਹੁਣ ਪੰਜਾਬ ਦੀ ਜਵਾਨੀ ਹੀ ਨਹੀਂ, ਬੱਚੇ ਵੀ ਇਸ ਦਲਦਲ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ। ਸਰਕਾਰ ਨੂੰ ਲੋੜ ਹੈ ਕਿ ਹਾਲਾਤ ਹੋਰ ਖਰਾਬ ਹੋਣ ਤੋਂ ਪਹਿਲਾਂ ਨਸ਼ੇ ਨੂੰ ਪੰਜਾਬ ਤੋਂ ਜੜੋਂ ਵੱਖ ਕਰ ਦਿੱਤਾ ਜਾਵੇ। ਤਰਨ ਤਾਰਨ ਤੋਂ ਵਿਸ਼ਾਲ ਕਟਾਰੀਆ ਦੀ ਰਿਪੋਰਟ, ਹਮਦਰਦ TV।